हाँ जी सत श्रीकाल जी सारे को स्वागत है जी थोड़ा सा यूट्यूब चैनल से। जो अज का ब्लॉग है थोड़ा इंट्रस्टिंग ज्यादा होने वाला क्योंकि अब पहली गल मैं कला ब्लॉग बना रहा मल्टी कैमरे के पिछे अजे घर है तो मैं जा रहा इंडिया वर्सेस ऑस्ट्रेलिया का T20 मैच मोहाली चल रहा देखना। पहला तुम्हें दस दिए भी इस मैच पिछे बहुत जद्दोजहद हुई है जिन्ना दिमाग स्टोरिया पा बहुत कुछ जद्दोजहद हुई तो धन्यवाद जो मनप्रीत के क्लाइंट से मोहाली तो जिहड़ी 1000 दी टिकट हुंदी तुहानू 3500 5000 तक मिलदी आ टुट चुकिया मैच देख जाते बहुत मुश्किल टिकट मिली साडे बंदे ने जिहड़ा कनेडा जरूर टिकटा भेजियां कहिंदा मैं इन्ना चाहता मैनूं कहिंदा कनेडा दी टिकट तां नहीं जिन्ना कोई गल नहीं मैं इत्थे वीडियो बनाऊंगी ब्लॉग बनाऊंगी मैनूं कहा सी इन्हां ने भी चल तू बट मैं आप ही नहीं जाना सी क्योंकि मैनूं मैच दा उड़ाड़ा भी नहीं पता मैनूं हाँ कबड्डी दा मैच जरूर मैं पहले मैनूं कहिंदे मनप्रीत मोहाली मैच देख के आई मैं कहता कबड्डी दा वो कहिंदा नहीं ओए क्रिकेट दा मैच आ तीन जन दो छोटे भाई एक तो मतलब आ गया एक तो चंडीगढ़ भी चक्का गया टिकट आ गई चलो फिर मैं वही बंदा है जिन्हों कनेडा जाने की खुशी नहीं जिनी खुशी मैच देख दी आ चलो फिर ओके बाय बाय। पाकिस्तान की कभी है हैं पाकिस्तान की कभी है बहुत बढ़िया करने का जी स्टार्ट बंदा अपना होने वाला है ठीक है मम्मी आ कवर पा दो मगर मैं डिक्की खोलदा डिक्की खोलना कवर पा दो पिछे डिक्की च ਉਹ ਮਗਰ ਸਾਹਮਣੇ ਕਵਰ ਲਗਾ ਪਹਿਲਾਂ ਆਪਾਂ ਥੋੜਾ ਜਿਹਾ ਪਟਿਆਲੇ ਕੰਮ ਆ ਪਟਿਆਲੇ ਰੁਕ ਕੇ ਫਿਰ ਆਪਾਂ ਅੱਗੇ ਚੱਲਾਂਗੇ ਚੰਡੀਗੜ੍ਹ ਜਾਨੀ ਕਿ ਮੋਹਾਲੀ ਚੰਡੀਗੜ੍ਹ ਦੀ ਮੋਹਾਲੀ ਚੱਲਾਂਗੇ ਪਹਿਲਾਂ ਪਟਿਆਲੇ ਰੁਕਾਂਗੇ ਫਿਰ ਚੱਲਾਂਗੇ ਮੋਹਾਲੀ ਜੀ ਆਪਾਂ ਇੱਥੇ ਪਹੁੰਚ ਗਏ ਮਣਾ ਜੀਰਖਪੁਰ ਲੰਘ ਗਏ ਨਾ ਆਪਾਂ ਜੀਰਖਪੁਰ ਪਹੁੰਚਣ ਵਾਲੇ ਅਸੀਂ ਰਾਹ 'ਚ ਖੜ ਗਏ ਸੀ ਪਟਿਆਲੇ ਥੋੜ੍ਹਾ ਜਿਹਾ ਮਹਿੰਦਰਾ ਕਾਲਜ 'ਚ ਕੰਮ ਸੀਗਾ ਅਤੇ ਆ ਮੁੰਡੇ ਨਾਲ ਚੜਾ ਲਿਆ ਸੀ ਆਪਾਂ ਪਿੰਡ ਬਸ ਪਹੁੰਚਣ ਵਾਲੀ ਹੈ ਰਾਹ 'ਚ ਸਾਡਾ ਵਲੋਗ ਬਣਿਆ ਨਹੀਂ ਆਪਾਂ ਕਹੇ ਭੁੱਲ ਸਿੱਧੇ ਦੇ ਲਾਓ ਗੱਲ ਆ ਮੈਨੂੰ ਆਦਤ ਜੀ ਹੈ ਨਹੀਂ ਬਣਾਉਣ ਦੀ ਮੈਂ ਚੱਲ ਤੁਹਾਨੂੰ ਅੱਜ ਮੈਚ ਦਿਖਾ ਦਈਏ ਤਾਂ ਬਣਾਉਣ ਲੱਗ ਗਏ ਵੀ ਕੀ ਮਾਹੌਲ ਜਾਂਦਾ ਅਤੇ ਬਾਕੀ ਹੁਣ ਤੁਹਾਨੂੰ ਗਾਹਾਂ ਜਾ ਕੇ ਦੱਸਦੇ ਆ ਐਂ ਨਹੀਂ ਪਤਾ ਮੀਂਹ ਆ ਜੇ ਬੱਦਲ ਜੇ ਤਾਂ ਹੋਏ ਪਏ ਨੇ ਸਾਡੇ ਪੈਸੇ ਐਂ ਮੈਨੂੰ ਜਾਣ ਕੇ ਤਾਂ ਨੁਕਸਾਨ ਬਹੁਤ ਹੋਊ ਬਾਕੀ ਚਲੋ ਆਪਾਂ ਜਾ ਕੇ ਦੇਖਦੇ ਹਾਂ ਹਾਂਜੀ ਆਪਾਂ ਚੰਡੀਗੜ੍ਹ ਪਹੁੰਚ ਗਏ ਹਾਂ ਅਤੇ ਸਾਨੂੰ ਕਿਸੇ ਨੇ ਦੱਸਿਆ ਕਹਿੰਦੇ ਵੀ ਰਸ ਬਹੁਤ ਜ਼ਿਆਦਾ ਉੱਥੇ ਤੁਸੀਂ ਥੋੜ੍ਹਾ ਜਿਹਾ ਪਹਿਲਾਂ ਜਾਓ ਤਾਂ ਸਟੇਡੀਅਮ 'ਚ ਐਂਟਰੀ ਤੁਹਾਨੂੰ ਟਾਈਮ ਸਿਰ ਮਿਲ ਜੇ ਅਤੇ ਹੁਣ ਅਸੀਂ ਜਾ ਰਹੇ ਹਾਂ ਆਪਣੀ ਕਿੱਥੇ ਲਾਈ ਯਾਰ ਬਣਾ ਆਪਾਂ ਗੱਡੀ ਲਾਦੀ 7 ਫੇਸ 24/7 ਦੇ ਅੱਗੇ 7 ਫੇਸ 24/7 ਦੇ ਅੱਗੇ ਗੱਡੀ ਲਾਦੀ ਕਿਉਂਕਿ ਉਧਰ ਮਾਹਲ ਜਿਹੜਾ ਸਟੇਡੀਅਮ ਵਾਲੀ ਸਾਈਡ ਟ੍ਰੈਫਿਕ ਬਹੁਤ ਜ਼ਿਆਦਾ ਸੀ ਅਤੇ ਸਾਨੂੰ ਐਂ ਸੀ ਵੀ ਰਾਤ ਨੂੰ ਵੀ ਨਹੀਂ ਨਿਕਲਣੀ ਹੈ ਨਾ ਅਤੇ ਹੁਣ ਅਸੀਂ ਕੈਬ ਕਰਾਈ ਆ ਭਾਈ ਸਾਨੂੰ ਸਟੇਡੀਅਮ ਕਹਿੰਦਾ ਵਿਚਾਲੇ ਛੱਡ ਕੇ ਆਉਂ ਜਾਵਾਂ ਹੈਲੋ ਕਹਿੰਦੇ ਭਾਈ ਹੈਲੋ ਬਰੋ ਅਤੇ ਭਾਈ ਕਹਿੰਦਾ ਜਮਾਂ ਪਿੱਚ ਕੋਲੇ ਸਾਰੇ ਨੂੰ ਹੋਰ ਦੱਸੋ ਕੀ ਕਰ ਰਹੇ ਨਾ ਗੱਲ ਆ ਕੋਈ ਅਤੇ ਕੋਲੀ ਨਾਲ ਗੱਲਬਾਤ ਹੋ ਗਈ ਸਾਡੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਫਿੱਟ ਹੋਈ ਜਾਂਦਾ ਕਹਿੰਦਾ ਤੁਸੀਂ ਆ ਜਾਓ ਕਿਆ ਯੂ ਟਰਨ ਲਿਆ ਹੈ ਭਾਈ ਕਿੰਨਾ ਟਾਈਮ ਹੋ ਗਿਆ ਬਈ ਕੈਬ ਚਲਾਉਂਦਿਆਂ ਮੈਂ ਤਾਂ ਹੁਣੇ ਆਇਆ ਭਾਈ ਨਹੀਂ ਆਇਆ ਨੂੰ
ਸਾਨੂੰ ਵਿਰਾਟ ਕੋਹਲੀ ਮਿਲ ਗਿਆ ਇੱਥੇ ਵਿਰਾਟ ਵਿਚਾਰਾ ਲਾਈਨ 'ਚ ਖੜਾ ਕਹਿੰਦਾ ਮੈਨੂੰ ਮਿੱਤਾ ਬਈ ਬਾਈ ਐਂ ਨਾ ਕਰਿਓ ਕਹਿੰਦਾ ਮੈਂ ਬੈਟਿੰਗ ਕਰਨੀ ਆ ਤਾਂ ਥੋੜ੍ਹੇ ਜਿਹੇ ਐਸ ਵੀ ਨਿਕਲੇ ਨੇ ਸੱਜਣੋ ਸਿੰਘ ਜਿਹੜਾ ਐਕਸਪੀਰੀਅੰਸ ਆ ਅਸੀਂ ਉਹ ਦੱਸ ਦਿੰਦੇ ਹਾਂ ਸਾਡਾ ਜਿਹੜਾ ਈਸਟ ਸਟੈਂਡ ਸੀਗਾ ਬੈਠਣ ਵਾਲਾ ਸੀ ਯਾਨੀ ਕਿ ਸਟੂਡੈਂਟ ਟਿਕਟਾਂ 'ਤੇ ਅਸੀਂ ਗਏ ਸੀਗੇ ਇੱਥੋਂ ਜਿੱਦਾਂ ਆਪਾਂ ਕਹਿ ਨਹੀਂ ਸਕਦੇ ਵੀ ਜ਼ਿਆਦਾ ਜਿਹੜੇ ਵਧੀਆ ਸਟੈਂਡ ਹੁੰਦੇ ਨੇ ਉਹ ਸਾਹਮਣੇ ਵਾਲੇ ਹੁੰਦੇ ਜਿਹੜੇ ਪਿੱਚ ਨੂੰ ਸਾਹਮਣੇ ਹੋਣ ਉੱਥੋਂ ਜ਼ਿਆਦਾ ਵਧੀਆ ਦੀਂਦਾ ਬਟ ਇੱਥੋਂ ਵੀ ਪਲੇਅਰ ਬਹੁਤ ਕਲੀਅਰ ਦੀਂਦੇ ਸੀਗੇ ਹੈ ਨਾ ਜਿਹੜੇ ਬਾਊਂਡਰੀ 'ਤੇ ਆ ਕੇ ਜੰਮੀ ਕੋਲੇ ਸੀ ਆ ਜਿਵੇਂ ਅਸੀਂ ਜੂਮ ਕਰਕੇ ਤੁਹਾਨੂੰ ਦਿਖਾਈ ਰਹੇ ਹਾਂ ਬਾਕੀ ਜਿਹੜਾ ਐਕਸਪੀਰੀਅੰਸ ਆ ਉਹ ਬਹੁਤ ਜ਼ਿਆਦਾ ਵਧੀਆ ਸੀਗਾ ਜਿਵੇਂ ਆਪਾਂ ਪਿੰਡਾਂ 'ਤੇ ਟੂਰਨਾਮੈਂਟ ਵੇਖਦੇ ਹੁੰਦੇ ਹਾਂ ਨਾ ਉਵੇਂ ਲੱਗਦਾ ਦੇਖਣ ਜਦੋਂ ਬਹਿੰਦੇ ਆਪਾਂ ਜਾ ਕੇ ਅਤੇ ਬਹੁਤ ਜ਼ਿਆਦਾ ਵਧੀਆ ਐਕਸਪੀਰੀਅੰਸ ਸੀ ਬਾਕੀ ਜਿਹੜਾ ਉੱਥੇ ਐਟਮੋਸਫੇਅਰ ਹੁੰਦਾ ਹੈ ਨਾ ਯਾਨੀ ਕਿ ਜਨਤਾ ਜਿਹੜਾ ਉੱਥੇ ਸ਼ੋਰ ਮਚਾਉਂਦੀ ਹੈ ਜਿਵੇਂ ਅਸਲ ਨਜ਼ਾਰਾ ਤਾਂ ਉਹ ਆ ਜਦੋਂ ਵਿਕਟ 'ਤੇ ਕੂਕਾਂ ਪੈਂਦੀਆਂ ਨੇ ਜਿਵੇਂ ਹੁਣ ਮੈਕਸਵੈਲ ਸੀ ਆ ਦੇਖੋ ਮੈਕਸਵੈਲ ਜਦੋਂ ਨੇੜੇ ਆ ਜਾਂਦਾ ਕੋਈ ਵੀ ਪਲੇਅਰ ਤਾਂ ਜਨਤਾ ਬਹੁਤ ਜ਼ਿਆਦਾ ਖੌਰ ਪਾਉਂਦੀ ਹੈ ਵੀ ਸਾਡੇ ਬੋਲੇ ਜਾਂ ਸਾਨੂੰ ਸਾਈਨ ਕਰ ਦੇਖ ਹੈ ਨਾ ਜਾਂ ਮੈਂ ਯਾਨੀ ਕਿ ਦੇਖਣ 'ਚ ਵਧੀਆ ਲੱਗਦਾ ਕਿਉਂਕਿ ਜਿਹੜੇ ਪਲੇਅਰਾਂ ਨੂੰ ਆਪਾਂ ਟੀ ਵੀ 'ਤੇ ਦੇਖਦੇ ਹਾਂ ਉਹਨਾਂ ਨੂੰ ਰੀਅਲ 'ਚ ਦੇਖ ਲੈਂਦੇ ਹਾਂ ਨਾ ਅਤੇ ਟੀ ਵੀ 'ਤੇ ਰੀਅਲ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ ਬਹੁਤ ਜ਼ਿਆਦਾ ਫਰਕ ਆ ਟੀ ਵੀ 'ਤੇ ਸਲੋ ਮੋਸ਼ਨ ਕਰਕੇ ਵਗੈਰਾ ਕਰਕੇ ਦਿਖਾਉਂਦੇ ਨੇ ਮੈਚਸ ਹੋਰ ਹੈ ਨਾ ਬਟ ਰੀਅਲ 'ਚ ਬਹੁਤ ਜ਼ਿਆਦਾ ਫਰਕ ਆ ਬਹੁਤ ਜ਼ਿਆਦਾ ਫਰਕ ਹੈ ਅਤੇ ਬਹੁਤ ਵਧੀਆ ladies and gentlemen tanu guzarish apne flash lights off kar do please players distract ho gaye tanu sareyan nu guzarish Chico! 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 Chico!
मोहाली से शाबाश। हाँ जी, साडा जिहड़ा ओवरऑल एक्सपीरियंस सी मैच देखने का बहुत वधिया रहा। बाकी सब तो ब्लॉग इन्ना बनया नहीं क्योंकि आप पहली बार मैच देखने जाने तो अपने मैच इन्ना इंट्रस्ट होंगे कि ब्लॉग करने का अपना ध्यान ही नहीं आता, और जो आप ब्लॉग बनावे तो अपना मैच का स्वाद जोड़ा वो नहीं लिया। जो ओवरऑल एक्सपीरियंस बहुत वधिया सी, बट मैच हार गए आप इंडिया वाले तो दुख भी लगा। दोवें टीमों बहुत वधिया खेडिया, ऑस्ट्रेलिया वालों को वधाइया। तो अगर सूँ भी कोई चांस मिले मैच देखने का, टिकट्स मिलने, तो जरूर एक बार जाए, एक्सपीरियंस करो, वधिया चीज़ है।